रूबरू दे प्रायोजक ने अंबा ज्वेलर्स विश्वास 30 साल दा। प्रोग्राम रूबरू देख रहे सारे ही दर्शकों गिल प्रदीप वालों सत श्री अकाल। दोस्तों अज प्रोग्राम दे विच अजिहे फनकार नूं मैं तुहाडे रूबरू कर लग्गिया जो रहिंदा तां पंजाब तों कोहां दूर है पर फिर भी अपनी मिट्टी दे नाल अपने वतन दे नाल अपने गीतां राहीं अपने संगीत राहीं जुड़िया रहिंदा है। कई कलाकार आ जिहड़े उहने सुपरस्टार बनाए है पहलां म्यूजिक दे विच ते फिर उस तों बाद गायकी दे विच लोहा मनवाया। आओ मैं तुहाडी मुलाकात करवाउणा है भाई सुखशिंदर शिंदा होणा दे नाल। ਸ਼ਿੰਦਾ ਭਾਅ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਨੂੰ ਦੇਖਣ ਵੀਰ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਿੰਦਾ ਭਾਅ ਜੀ ਤੁਸੀਂ ਥੋੜ੍ਹਾ ਜਿਹਾ ਆਪਣੀ ਹਿਸਟਰੀ ਬਾਰੇ ਦੱਸੋ ਕਿਉਂਕਿ ਤੁਸੀਂ ਪੰਜਾਬ ਤੋਂ ਦੂਰ ਰਹਿੰਦੇ ਹੁਣ ਪੰਜਾਬੀ ਆ ਜਿਹੜੇ ਤੁਹਾਨੂੰ ਮਿਲਣ ਲਈ ਤਰਸਦੇ ਰਹਿੰਦੇ ਆ ਬਹੁਤ ਘੱਟ ਤੁਸੀਂ ਪੰਜਾਬ ਦੇ ਵਿੱਚ ਆਉਂਦੇ ਹੁਣ ਸ਼ੋਜ਼ ਵਗੈਰਾ ਕਰਦੇ ਹੋ ਫਿਰ ਤੁਸੀਂ ਯੂਕੇ ਜਾਂ ਆਲ ਓਵਰ ਵਰਲਡ ਟਰੈਵਲ ਕਰਦੇ ਰਹਿੰਦੇ ਹੁਣ ਤੁਹਾਡਾ ਜਨਮ ਕਿੱਥੇ ਹੋਇਆ ਪਿੰਡ ਕਿਹੜਾ ਤੁਹਾਡਾ ਔਰ ਕਿਵੇਂ ਤੁਹਾਨੂੰ ਮਿਊਜ਼ਿਕ ਦੀ ਚੇਟ ਲੱਗੀ? ਪਿੰਡ ਸਾਡਾ ਹੁਸ਼ਿਆਰਪੁਰ ਦੇ ਵਿੱਚ ਗੁਰ ਸ਼ੰਕਰ ਦੇ ਕੋਲ ਬਕਾਪੁਰ ਧਮਾਈ ਅਤੇ ਮੇਰਾ ਜਨਮ ਇੱਥੇ ਯੂ ਕੇ ਦੇ ਵਿੱਚ ਬਰਮਿੰਗਮ ਸ਼ਹਿਰ ਜਿਹੜੇ ਕਈ ਵੀਰ ਭੈਣ ਦੇਖਦੇ ਉਹਨਾਂ ਨੂੰ ਪਤਾ ਹੋਊਗਾ ਸੋਹੋ ਰੋਡ ਦੇ ਲਾਗੇ ਬੜਾ ਫੇਮਸ ਰੋਡ ਹੈ ਉੱਥੇ ਸਾਰੇ ਵਰਲਡ ਦੇ ਵਿੱਚ। ਹਾਂਜੀ ਸੋ ਮੇਰਾ ਫਾਦਰ ਸਾਹਿਬ ਸਵਰਗੀ ਹੈ ਸਾਧੂ ਸਿੰਘ ਧਮਾਈ ਬਹੁਤ ਸ਼ੌਂਕ ਸੀਗਾ ਕਵਿਸ਼ਰੀ ਗਾਇਕੀ ਦਾ ਅਤੇ ਖਾਸ ਕਰਕੇ ਢੱਡ ਸੁਰੰਗੀ ਗਾਇਕੀ 'ਚੋਂ 12 ਅਤੇ ਉਹਨਾਂ ਦੇ ਉਸਤਾਦ ਅਮਰ ਸਿੰਘ ਸ਼ੌਂਕੀ ਮਹਾਨ ਢਾਡੀ ਜੀ। ਹਾਂਜੀ ਹਾਂਜੀ ਜੀ ਭਜਨਾਂ ਦੇ ਸ਼ੌਂਕੀ ਸਾਹਿਬ ਸਾਰੀ ਦੁਨੀਆਂ ਨੂੰ ਉਹਨਾਂ ਨੂੰ ਪਤਾ ਜੀ ਜੀ ਲੈਜੈਂਡਰੀ ਬੰਦੇ ਰਹੇ ਅਤੇ ਉਸ ਤੋਂ ਬਾਅਦ ਮੇਰੇ ਭਾਈ ਸਾਹਿਬ ਨੇ ਗਾਇਕੀ ਸ਼ੁਰੂ ਕੀਤੀ ਆ ਅਸੀਂ ਤਾਂ ਬਹੁਤ ਨਿੱਕੇ ਸੀਗੇ ਉਦੋਂ ਅਤੇ ਉਹਨਾਂ ਨੇ ਗਰੁੱਪ ਬਣਾਇਆ ਨਿਮਾਣਾ ਗਰੁੱਪ ਅਤੇ ਜਦੋਂ ਮੈਂ ਨਿੱਕਾ ਜਿਹਾ ਸੀਗਾ ਸਕੂਲ ਮੈਨੂੰ ਲੈ ਜਾਂਦੇ ਸੀ ਨਾਲ ਸ਼ੌਂਕ ਸੀਗਾ ਅਤੇ ਖਾਸ ਕਰਕੇ ਰਿਧਮ ਦਾ ਤਬਲਾ ਫਿਰ ਅਸੀਂ ਸ਼ੁਰੂ ਕੀਤਾ ਸਿੱਖਣਾ ਅਤੇ ਕੁਲਦੀਪ ਸਿੰਘ ਮਥਾਰੂ ਜੀ ਅਜੀਤ ਸਿੰਘ ਮਤਲਾ ਸ਼੍ਰੀ ਸਾਡੇ ਗੁਰੂ ਜੀ ਪਹਿਲਾਂ ਤਬਲਾ ਸ਼ੁਰੂ ਕੀਤਾ ਸ਼ੁਰੂਆਤ ਤਬਲੇ ਤੋਂ ਕੀਤੀ ਸੀਗੀ ਜੀ ਅਤੇ ਕੁਲਦੀਪ ਸਿੰਘ ਮਥਾਰੂ ਜੀ ਅਜੀਤ ਸਿੰਘ ਮਤਲਾ ਸ਼੍ਰੀ ਉਸਤਾਦ ਬਲਦੇਵ ਨਾਰੰਗ ਜੀ ਜੋ ਜਲੰਧਰ ਦੇ ਮਹਾਨ ਸੰਗੀਤਕਾਰ ਕਲਾਸੀਕਲ ਦੇ ਅਤੇ ਲਾਲ ਸਿੰਘ ਭੱਟੀ ਸਾਡੇ ਉਸਤਾਦ ਜੀ ਢੋਲ ਦੇ ਸੋ ਕਾਫੀ ਫੀਲਡਾਂ ਦੇ ਵਿੱਚ ਅਲੱਗ ਅਲੱਗ ਉਸਤਾਦ ਹੁੰਦੇ ਆ। ਸਰ ਤੁਹਾਡੀ ਮਿਊਜ਼ਿਕ ਦੀ ਸ਼ੁਰੂਆਤ ਪੰਜਾਬ ਵਿੱਚ ਆ ਕੇ ਹੋਈ? ਨਹੀਂ ਸਾਡੇ ਉਸਤਾਦ ਜੀ ਬਾਹਰ ਰਹਿੰਦੇ ਮਤਲਬ ਅਸੀਂ ਯੂ ਕੇ ਦੇ ਵਿੱਚ। ਹਾਂਜੀ ਸੋ ਬਹੁਤ ਬੱਚਿਆਂ ਨੂੰ ਸਿਖਾ ਰਹੇ ਕੀਰਤਨ ਤਬਲਾ ਸਿਤਾਰ ਹਾਰਮੋਨੀਅਮ ਸਭ ਹਾਂਜੀ ਸੋ ਇੱਦਾਂ ਨਾਲ ਨਾਲ ਅਸੀਂ ਜਾਂਦੇ ਰਹੇ ਕਿਉਂਕਿ ਬਹੁਤ ਲੰਬੀ ਕਹਾਣੀ ਆ ਅਤੇ ਨਾਲ ਨਾਲ ਫਿਰ ਮੈਨੂੰ ਲੈ ਕੇ ਜਾਂਦਾ ਰਿਹਾ ਨਿੱਕਾ ਹੁੰਦਾ ਜਦੋਂ ਹੁਣ ਉਹ ਮੈਨੂੰ ਚੀਜ਼ ਰੀਅਲਾਈਜ਼ ਕਿਉਂ ਸੀਗੀ ਵੀ ਇਹਨੂੰ ਇਸ ਲੱਗਣ ਲੱਗੇ ਮਿਊਜ਼ਿਕ ਦੇ ਸ਼ੌਂਕ ਇਹਨੂੰ ਪਵੇ ਅਤੇ ਇਸੇ ਤਰ੍ਹਾਂ ਅਸੀਂ ਮੇਰੇ ਬੱਚੇ ਵੀ ਜਾਂਦੇ ਹੁੰਦੇ ਨਾਲ ਮੇਰੇ ਨਾਲ ਇਹੀ ਚੀਜ਼ ਨੂੰ ਅਸੀਂ ਕੋਸ਼ਿਸ਼ ਕਰ ਰਹੇ ਵੀ ਉਹਨਾਂ ਨੂੰ ਵੀ ਸ਼ੌਂਕ ਮਿਊਜ਼ਿਕ ਨਾਲ ਜਿੱਦਾਂ ਤੁਸੀਂ ਆਪਣੇ ਫਾਦਰ ਸਾਹਿਬ ਤੋਂ ਮਿਊਜ਼ਿਕ ਰਹਿੰਦਾ ਤੁਹਾਡੇ ਬੱਚੇ ਜਿਹੜੇ ਉਹ ਵੀ ਮਿਊਜ਼ਿਕ ਦੇ ਨਾਲ ਤੁਹਾਡੀ ਨਾ ਜੋੜੀ ਹੈ ਜਿਹੜੀ ਜੈਜ਼ੀ ਬੀ ਨਾਲ ਬਹੁਤ ਜੁੜਿਆ ਜਾਂਦਾ ਤੁਹਾਡੇ ਨਾਮ ਨੂੰ ਹੈ ਨਾ ਤੁਹਾਡੀ ਇੱਕ ਮਿੱਤਰਤਾ ਹੈ ਤੁਹਾਡੀ ਹੈ ਨਾ ਯਾਰੀ ਦੋਸਤੀ ਦਾ ਲੋਕ ਮਿਸਾਲ ਦਿੰਦੇ ਹਨ ਜੈਜ਼ੀ ਨਾਲ ਮੇਲ ਕਿੱਦਾਂ ਹੋਇਆ ਤੁਹਾਡਾ? ਉਹ ਫਿਰ ਮੈਂ ਤੁਹਾਨੂੰ ਦੱਸਦਾ ਐਜ਼ ਏ ਮਿਊਜ਼ਿਕ ਮਿਊਜ਼ੀਸ਼ੀਅਨ ਮੈਂ ਬਹੁਤ ਸਾਰੇ ਗਰੁੱਪਾਂ ਨਾਲ ਹੋਇਆ ਛੋਟਾ ਹੁੰਦਾ ਕਿਉਂਕਿ ਲਾਪਿਆ ਸੀਗਾ ਅਤੇ ਸਾਡੇ ਭਾਈ ਸਾਹਿਬ ਦੇ ਨਾਲ ਬਿਲਕੁਲ ਏਐਸ ਕਾਂਗ ਜੀ ਲਿਵਿੰਗ ਲੈਜੈਂਡ ਬਲਵਿੰਦਰ ਸਫਰੀ ਹੀਰਾ ਗਰੁੱਪ ਸਾਰਿਆਂ ਨਾਲ ਮੈਂ ਗਿਆ ਕੰਟਰੀਆਂ ਦੇ ਵਿੱਚ ਐਜ਼ ਏ ਮਿਊਜ਼ੀਸ਼ੀਅਨ ਹਾਰਮੋਨੀਅਮ ਤਬਲਾ ਕਿਸੇ ਨਾਲ ਢੋਲ ਕਿਸੇ ਨਾਲ ਜੋ ਵੀ ਮਤਲਬ ਉਹਨਾਂ ਦੀ ਡਿਮਾਂਡ ਸੀਗੀ ਹਾਂਜੀ ਕਿਉਂਕਿ ਪਿਕਿੰਗ ਕਾਫੀ ਤੇਜ਼ ਸੀਗੀ ਛੋਟੇ ਹੁੰਦੇ ਨਾਲ ਹਾਂਜੀ ਅਤੇ ਇਸ ਕਰਕੇ ਫਿਰ ਉਹ ਮੈਂ ਜਾਂਦਾ ਰਿਹਾ ਅਤੇ ਮੈਨੂੰ ਮਿਲਦਾ ਹੁੰਦਾ ਸੀਗਾ ਸ਼ੌਂਕ ਬਹੁਤ ਸੀਗਾ ਉਹਨੂੰ ਗਾਉਣ ਦਾ ਅਤੇ ਆਵਾਜ਼ ਬਾਰੇ ਕਰੰਟ ਸੀਗੀ ਉਹਦੇ 'ਚ। ਕਿਵੇਂ ਮਿਲੇ ਕਿਵੇਂ ਸੀ ਤੁਹਾਨੂੰ? ਅਸੀਂ ਮਿਲੇ ਸੀਗੇ ਇੱਥੇ ਪ੍ਰੋਗਰਾਮ ਸੀਗਾ ਉੱਥੇ ਹਾਂਜੀ ਤੂੰ ਅੱਜ ਫਰੈਂਡਸ਼ਿਪ ਜੀ ਪੈ ਗਈ ਮੈਂ ਵੀ ਗਾਣਾ ਚਲੋ ਵੇ ਮੈਂ ਫਿਰ ਉੱਥੇ ਹੁੰਦੇ ਮੈਂ ਕਿਹਾ ਸੁਣਾ ਫਿਰ ਅਤੇ ਗਾਇਆ ਫਿਰ ਡਾਂਸਿੰਗ ਦਾ ਬਹੁਤ ਸੀਗਾ ਹੁਣ ਤਾਂ ਸਰੀਰ ਥੋੜ੍ਹੀ ਜਿਹੀ ਹੈਵੀ ਹੋ ਗਿਆ ਤਾਂ ਪਤਲਾ ਜਿਹਾ ਸੀਗਾ ਇੱਦਾਂ ਘੁੰਮ ਜਾਂਦਾ ਸੀਗਾ ਠੀਕ ਹੈ ਠੀਕ ਸੋ ਉਸ ਤੋਂ ਬਾਅਦ ਮੇਰੇ ਖਿਆਲ ਜੈਜ਼ੀ ਹੁਣਾਂ ਦੀ ਆਵਾਜ਼ ਦੇ ਲਈ ਫਿਰ ਇੱਕੋ ਹੀ ਸੰਗੀਤ ਬਣਿਆ ਸੁਖਸ਼ਿੰਦਰ ਸ਼ਿੰਦੇ ਨਹੀਂ ਨਹੀਂ ਉਹ ਚਲੋ ਇਹ ਬਿਲਕੁਲ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਜਦੋਂ ਕਹਿੰਦੇ ਵੀ ਕੋਈ ਕਿਸੇ ਨੂੰ ਬਣਾ ਨਹੀਂ ਸਕਦਾ ਸਤਿਗੁਰੂ ਬਣਾਉਂਦਾ ਬਿਲਕੁਲ ਆਪਣੀ ਆਪਣੀ ਕਿਸੇ ਦੀ ਜੋ ਡੈਸਟਨੀ ਆ ਕਿਸਮਤ ਆ
ਤੇ ਇਹ ਹੋ ਸਕਦਾ ਉਹਨੂੰ ਮੈਨੂੰ ਬਣਾਇਆ ਹੋਵੇ ਕੀ ਪਤਾ ਗੁਰੂ ਮਹਾਰਾਜ ਜੀ ਬਿਲਕੁਲ ਇੱਕ ਦੂਜੇ ਦੇ ਨਾਲ ਸਿਤਾਰੇ ਰਲ ਜਾਂਦੇ ਤੋਂ ਅਸੀਂ ਸਾਡੇ ਭਾਈ ਸਾਹਿਬ ਦੇ ਨਾਲ ਪਹਿਲੀ ਰਿਕਾਰਡਿੰਗ ਕਿਉਂਕਿ ਮਿਊਜ਼ੀਸ਼ੀਅਨ ਦੇ ਤੌਰ ਤੇ ਬਹੁਤ ਕੰਮ ਕੀਤਾ ਉਹਦੇ ਨਾਲ ਮੈਨੂੰ ਜਿਹੜਾ ਅਗਲਾ ਕੁਐਸਚਨ ਮੈਂ ਆਪੇ ਤੁਹਾਨੂੰ ਦੱਸ ਰਿਹਾ ਤੇ ਹੌਲੀ ਹੌਲੀ ਫਿਰ ਪਤਾ ਲੱਗ ਰਿਹਾ ਸਟੂਡੀਓ ਦਾ ਕੀ ਹਿਸਾਬ ਕਿਤਾਬ ਹੈ ਕਿਉਂਕਿ ਅਲੱਗ ਹੁੰਦਾ ਸਟੇਜ ਦੇ ਗਾਣਾ ਵਜਾਣਾ ਅਲੱਗ ਆ ਜਿਹੜਾ ਸਟੂਡੀਓ ਦਾ ਕੰਮ ਆ ਉਹ ਹੋਰ ਟੈਕਨੀਕ ਹੋਰ ਹੁੰਦੀ ਹੈ ਜੀ 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 ਹਾਂਜੀ ਸੋ ਉਹ ਵੀ ਫਿਰ ਮੈਂ ਵੇਖਦਾ ਰਿਹਾ ਵੀ ਜਦੋਂ ਜਾਣਾ ਵੀ ਕਿੱਦਾਂ ਕਰ ਰਿਹਾ ਮਾਈਕ ਕਿੱਦਾਂ ਸੈੱਟ ਕਰ ਰਿਹਾ ਕੀ ਇਹ ਤਾਂ ਕਿਸ ਤਰ੍ਹਾਂ ਕਰਨਾ ਰਿਕਾਰਡ ਹੈ ਨਾ ਹੌਲੀ ਹੌਲੀ ਫਿਰ ਇੱਦਾਂ ਕਰਨਾ ਪਏ ਫਿਰ ਇੱਕ ਟੇਪ ਸੀਗੀ ਰਹਿਣਾ ਸਦਾ ਖਾਲਸਾ ਤਿਆਰ ਪਰ ਤਿਆਰ ਭਾਈ ਸਾਹਿਬ ਦੀ ਪਹਿਲੀ ਟੇਪ ਉਸ ਮਿਊਜ਼ਿਕ ਸੀਗਾ ਅਤੇ ਦੂਜੀ ਸੀਗੀ ਫਿਰ ਨਿੱਗਰ ਬੰਦਾ ਨਿੱਗਰ ਕੀਲਾ ਨਿੱਗਰ ਅਸਲਾ ਕਦੇ ਗਵਾਈ ਰਹਿਣਾ ਨਿੱਗਰ ਦੀ ਮਹਿਫਲ 'ਚ ਚੋਰੀ ਉੱਠ ਕੇ ਜਾਈ ਰਹਿਣਾ ਕੁਲਦੀਪ ਪਾਰਸ ਗੁਰੂ ਮਹਾਰਾਜ ਨੂੰ ਚਰਨਾ ਨਿਵਾਸ ਬਖਸ਼ੀ ਸਨ ਅਤੇ ਉਹ ਭਾਈ ਜੀ ਨੇ ਮੈਂ ਬਹੁਤ ਸਾਰਾ ਪਿਆਰ ਸੀਗਾ ਜੀ ਜੀ ਸੋ ਬਾਈ ਕਈ ਨਾ ਮਿਊਜ਼ਿਕ ਡਾਇਰੈਕਟਰ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਰੈਪ ਕਰਦੇ ਹੈ ਨਾ ਤੁਸੀਂ ਵੀ ਰੈਪ ਕੀਤਾ ਬਟ ਵਲਗਰ ਨਹੀਂ ਸੀ ਤੁਹਾਡੇ ਰੈਪ ਦੇ ਬਿਲਕੁਲ ਇੱਕ ਇੱਕ ਚੀਜ਼ ਸਮਝ ਆਉਂਦੀ ਸੀ ਰੈਪ ਦੀ ਹੈ ਨਾ ਪਰ ਅੱਜ ਦੇ ਸਮੇਂ ਦੇ ਕਈ ਮਿਊਜ਼ਿਕ ਡਾਇਰੈਕਟਰ ਜਿਹੜੇ ਇੱਕ ਤਾਂ ਸਿੰਗਰ ਦੀ ਇਮੇਜ ਖਰਾਬ ਕਰਦੇ ਆ ਅਤੇ ਨਾਲ ਦੀ ਨਾਲ ਨਾ ਪੁਰਾਣੀਆਂ ਧੁਨਾਂ ਜਿਹੜੀਆਂ ਪੁਰਾਣੇ ਸਿੰਗਰਾਂ ਨੇ ਗਾਈਆਂ ਹੁੰਦੀਆਂ ਉਹਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ ਇਸ ਚੀਜ਼ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਵੇਖੋ ਜਿਹੜਾ ਉਹ ਤਾਂ ਸਿੰਗਰ ਨੂੰ ਵੀ ਚਾਹੀਦਾ ਨਾ ਵੀ ਕਿਸ ਤਰ੍ਹਾਂ ਦਾ ਮੇਰਾ ਰੈਪ ਹੋਊਗਾ ਹੈ ਨਾ ਅਤੇ ਉਹਦੇ ਆਪਣੇ ਵੀ ਹੋਣੀ ਚਾਹੀਦੀ ਹੈ ਨਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜਦੋਂ ਮੇਰੀ ਪਹਿਲੀ ਵੀਡੀਓ ਨਾ ਗੀਤ ਸੀ ਕਵੇ ਦਿਲ ਦੀ ਗਲੀ ਵਿੱਚ ਆ ਕੇ ਉਹ ਮੈਂ ਜਿੱਦਾਂ ਇੱਕ ਮਿਕਸ ਟੇਪ ਸੀ ਉਹਦੇ ਵਿੱਚ ਮੈਂ ਗੀਤ ਗਾਇਆ ਸੀਗਾ ਐਕਸਪੈਰੀਮੈਂਟ ਰੱਖ ਲਓ ਜੇ ਕਿੱਦਾਂ ਵੀ ਅਤੇ ਲੋਕ ਕਹਿੰਦੇ ਵੀ ਤੂੰ ਗਾਇਕੀ ਇਸ ਕਿੱਦਾਂ ਆਇਆ ਅਸੀਂ ਗਾਉਂਦੇ ਪਹਿਲਾਂ ਤਾਂ ਸੀਗਾ ਤਬਲੇ ਦੇ ਨਾਲ ਹਾਰਮੋਨੀਅਮ ਵੀ ਲਿਖਣੇ ਸਿੱਖਿਆ ਸਾਡਾ ਭਾਈ ਸਾਹਿਬ ਦਾ ਸੀਗਾ ਕਹਿਣਾ ਵੀ ਜਿਹੜਾ ਚੰਗਾ ਹਾਰਮੋਨੀਅਮ ਤਬਲਾ ਪਲੇਅਰ ਹੈ ਨਾ ਉਹਨੂੰ ਗਾਣੇ ਦਾ ਪਤਾ ਹੋਣਾ ਚਾਹੀਦਾ ਚੰਗੇ ਗਾਉਣ ਵਾਲੇ ਨੂੰ ਤਬਲੇ ਦਾ ਪਤਾ ਹੋਣਾ ਚਾਹੀਦਾ ਤਾਲ ਅਤੇ ਸੁਰ ਬਿਲਕੁਲ ਬਿਲਕੁਲ ਹੈ ਨਾ ਦੋਨਾਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਜੇ ਤੁਸੀਂ ਗਾਣੇ ਆ ਤਾਂ ਤੁਹਾਨੂੰ ਤਾਲ ਦਾ ਵੀ ਪਤਾ ਹੋਣਾ ਚਾਹੀਦਾ ਨਾ ਵੀ ਕਿੰਨੇ ਮਾਤਰੇ ਜਾਂ ਕੀ ਮੈਂ ਗਾਣਾ ਜੀ 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 ਜੇ ਤੁਸੀਂ ਭੰਗੜਾ ਹੀ ਗਾਣਾ ਸਾਰੀ ਉਮਰ ਤੋਂ ਫਿਰ ਲੋੜ ਹੀ ਨਹੀਂ ਹੈ ਨਾ ਜੀ 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 ਹੈ ਨਾ ਬਿਲਕੁਲ ਸਹੀ ਗੱਲ ਹੈ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹੈ ਬਿਲਕੁਲ ਸੋ ਇਹ ਚੀਜ਼ ਸੀਗੀ ਜਦੋਂ ਮੈਂ ਗੀਤ ਕਰ ਰਿਹਾ ਸੀ ਨਾ ਦਿਲ ਦੀ ਉਹ ਟਿਪਸ ਕੰਪਨੀ 'ਚ ਆਈ ਸੀਗੀ ਐਲਬਮ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਜਦੋਂ ਟੇਪ ਭੇਜੀ ਉਹ ਕਹਿੰਦੇ ਯਾਰ ਇੱਕ ਗੀਤ ਆ ਉਹਦੇ ਵਿੱਚ ਦਿਲ ਦੀ ਗਲੀ ਅਸੀਂ ਉਹਦੀ ਵੀਡੀਓ ਬਣਾਉਣੀ ਆ ਮੈਂ ਕਿਹਾ ਅੱਛਾ ਗਾਇਆ ਕਹਿੰਦਾ ਮੈਂ ਕਿਹਾ ਮੈਂ ਆਪ ਗਾਇਆ ਅੱਛਾ ਕਹਿੰਦੇ ਅਸੀਂ ਓਪਨਿੰਗ ਉਸ ਗੀਤ ਤੋਂ ਕਰਨੀ ਆ ਮੈਂ ਕਿਹਾ ਵੀ ਯਾਰ ਹੋਰ ਵੀ ਉਹਦੇ 'ਚ ਗੀਤ ਹੈਗੇ ਅੱਛੇ ਤੁਸੀਂ ਦੇਖ ਲਓ ਕਹਿੰਦੇ ਨਹੀਂ ਵੀ ਤੂੰ ਬੰਬੇ ਆ ਚਲੋ ਸਪੈਸ਼ਲੀ ਮੈਨੂੰ ਬੰਬੇ ਸੱਦਿਆ ਅਤੇ ਮੇਰਾ ਪਹਿਲਾ ਗੀਤ ਸੀਗਾ ਪਹਿਲਾ ਵੀਡੀਓ ਅਤੇ ਜਦੋਂ ਉਹ ਗੀਤ ਜਦੋਂ ਮੈਂ ਗਿਆ ਵੀਡੀਓ ਦੇ ਸਿਰ 'ਤੇ ਬਿਨਲ ਮੱਖਣ ਜੀ ਮੇਰਾ ਵੱਡਾ ਵੀਰ ਉਹਨੇ ਬਹੁਤ ਸਾਰੇ ਮੇਰੇ ਵੀਡੀਓ ਕੀਤੇ ਉਹ ਡਾਇਰੈਕਟਰ ਸੀਗਾ ਅਤੇ ਜਦੋਂ ਮੈਂ ਵੇਖਿਆ ਹਿਸਾਬ ਕਿਤਾਬ ਨਾ ਅਤੇ ਮੈਨੂੰ ਕੋਈ ਵਧੀਆ ਨਹੀਂ ਲੱਗਾ ਮੈਂ ਉਹਨੂੰ ਕਿਹਾ ਵੀ ਉਹਦੇ ਫੋਨ ਕਰ ਕੁਮਾਰ ਤਰਾਂ ਜੀ ਅਤੇ ਵੀ ਮੈਂ ਕਰਨਾ ਨਹੀਂ ਚਾਹੁੰਦਾ ਇਹ ਜਦੋਂ ਮੈਂ ਫੋਨ ਕੀਤਾ ਨਾ ਉਹਨੂੰ ਮੈਂ ਦੱਸਿਆ ਵੀ ਆਹ ਜਿਹੜਾ ਡਰੈਸ ਸਿਸਟਮ ਜਾਂ ਕੀ ਇਹ ਮੈਨੂੰ ਗਲਤ ਲੱਗਦਾ ਵੀ ਮੈਂ ਕਰਨਾ ਨਹੀਂ ਪਈ ਰਹਿਣ ਦਿਓ ਯਾਰ ਅਤੇ ਉਹ ਫਿਰ ਕਹਿੰਦਾ ਉਹਨੂੰ ਫੋਨ ਡਾਇਰੈਕਟਰ ਨੂੰ ਦੇ ਜਦੋਂ ਡਾਇਰੈਕਟਰ ਨੂੰ ਦਿੱਤਾ ਕਹਿੰਦਾ ਜਿੱਦਾਂ ਇਹ ਕਹਿੰਦਾ ਉੱਦਾਂ ਕਰ ਠੀਕ ਹੈ ਮੈਂ ਕਹਿੰਦਾ ਮੈਂ ਇੱਕ ਸਟੈਂਡ ਜੇ ਉਦੋਂ ਨਾ ਸਟੈਂਡ ਲੈਂਦਾ ਹੈ ਨਾ ਸੋ ਸਟੈਂਡ ਹੋਣਾ ਜ਼ਰੂਰੀ ਆ ਚਾਹੇ ਮਿਊਜ਼ਿਕ ਦਾ ਫੀਲਡ ਹੋਵੇ ਚਾਹੇ ਕਿਸੇ ਵੀ ਚੀਜ਼ ਦਾ ਸਾਡਾ ਕਲਚਰ ਬਹੁਤ ਰਿਚ ਹੈ ਯਾਰ ਆਪਾਂ ਐਵੇਂ ਖਰਾਬ ਕਰੀ ਜਾਂਦੇ ਹੁਣ ਕਈ ਮੈਂ ਵੀ ਵੇਖਦਾ ਕਿ ਗੀਤ ਸੁਣਨ ਯੋਗ ਨਹੀਂ ਹੁੰਦੇ ਪਰਿਵਾਰ ਦੇ ਵਿੱਚ ਜਾਂ ਅਸੀਂ ਗੱਲ ਕਰੋ ਯਾਰ ਜਾਂ ਸਾਡਾ ਕੋਈ ਵੀਡੀਓ ਜਾਂ ਕਿਸੇ ਦਾ ਵੀ ਅਤੇ ਕੋਈ ਭੈਣਾਂ ਸਾਡੀਆਂ ਬੈਠੀਆਂ ਮਾਵਾਂ ਤਾਂ ਉਹਨਾਂ ਨੂੰ ਅੱਖਾਂ ਨਹੀਂ ਮੀਆਂ ਜਾਂ ਕਿਸੇ ਨੂੰ ਉੱਠ ਕੇ ਜਾਣਾ ਚਾਹੇ ਕਮਰੇ 'ਚ ਲਖਣਾ ਨਾ ਤੁਹਾਨੂੰ ਜੇ ਅਸੀਂ ਗਾਣੇ ਨੂੰ ਜੀ ਜੀ ਤੁਸੀਂ ਪਹਿਲਾਂ ਮਿਊਜ਼ਿਕ ਦੇ ਨਾਲ ਜੁੜੇ ਹੈ ਨਾ ਤੁਸੀਂ ਪਹਿਲਾਂ ਤਬਲਾ ਔਰ ਸਾਰੇ ਸਾਜ਼ਾਂ ਦੀ ਜਿਹੜੀ ਨੌਲੇਜ ਲਈ ਆ ਫਿਰ ਉਸ ਤੋਂ ਬਾਅਦ ਗਾਇਕੀ ਦੇ ਵੱਲ ਆਉਣ ਦਾ ਕਿੱਦਾਂ ਰੁਝਾਨ ਬਣਿਆ ਕਿ ਜੈਜ਼ੀ ਬਾਈ ਮੈਂ ਗਾਇਕੀ ਪਹਿਲਾਂ ਵੀ ਸ਼ਬਦ ਕੀਰਤਨ ਦੇਣਾ ਸਾਡੇ ਭਾਈ ਸਾਹਿਬ ਦੇ ਨਾਲ ਪਰ ਪ੍ਰੋਫੈਸ਼ਨਲੀ ਟੇਪ ਪਰ ਮੈਂ ਤੁਹਾਨੂੰ ਦੱਸਿਆ ਨਾ ਵੀ ਆਹ ਮੈਂ ਹੁਣ ਦੱਸਿਆ ਗੀਤ ਕੀਤਾ ਦਿਲ ਦੀ ਗਲੀ ਸੋ ਬਹੁਤ ਸਾਰਾ ਪਿਆਰ ਸਾਰੇ ਵਰਲਡ ਦੇ ਵਿੱਚ ਸਰੋਤਿਆਂ ਨੇ ਦਿੱਤਾ ਮੈਂ ਕੋਈ ਲਵਜ਼ ਹੈ ਨਹੀਂ ਉਹਨਾਂ ਦਾ ਧੰਨਵਾਦ ਕਰਨ ਨੂੰ ਅਤੇ ਉਸ ਤੋਂ ਬਾਅਦ ਵੀ ਸਾਰਿਆਂ ਦਾ ਸੀਗਾ ਡਿਮਾਂਡ ਵੀ ਐਲਬਮ ਹੋਣੀ ਚਾਹੀਦੀ ਸੀਗੀ ਐਲਬਮ ਸੀਗੀ ਗੱਲ ਸੁਣ ਜਾ ਵੀ ਚਿੱਤ ਕਰੇ ਸੱਜਣਾ ਦੇ ਵਿਹੜੇ ਫੁੱਲ ਬਣ ਕੇ ਲਵਾਂ ਨੱਚੀਏ ਵੀ ਹੱਸੀਏ ਵੀ ਸਾਡੀ ਗੱਲ ਤਾਂ ਸੋਹਣੀ ਹੈ ਸੁਣ ਜਾ ਪਿਆਰ ਹੋ ਗਿਆ ਸੋਹਣੀ ਲੱਗਦੀ ਵੀ ਸਾਨੂੰ ਸੋਹਣੀ ਲੱਗਦੀ ਮਤਲਬ ਇੱਕ ਟੇਪ ਦੇ ਵਿੱਚ ਇੱਕ ਗੀਤ ਹੁੰਦਾ ਇਹਦੇ ਵਿੱਚ 7-8 ਗੀਤ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਸੰਦ ਕੀਤੇ ਹੈ ਨਾ ਸੋ ਇਹ ਜਦੋਂ ਐਲਬਮ ਕੀਤੀ ਫਿਰ ਲੋਕਾਂ ਦੀ ਡਿਮਾਂਡ ਸੀਗੀ ਵੀ ਹੁਣ ਪ੍ਰੋਗਰਾਮ 'ਚ ਵੀ ਹੋਣਾ ਚਾਹੀਦਾ ਮੈਂ ਫਿਰ ਉਦੋਂ ਜਦੋਂ ਐਜ਼ ਅ ਮਿਊਜ਼ੀਸ਼ੀਅਨ ਵੀ ਜਾਂਦਾ ਹੈਗਾ ਲੋਕਾਂ ਨੇ ਕਹਿਣਾ ਵੀ ਗੀਤ ਵੀ ਗਾ ਤੂੰ ਤੂੰ ਕੀਬੋਰਡ ਰਹਿੰਦੇ ਅਤੇ ਗੀਤ ਗਾ ਫਿਰ ਮੈਂ ਲੱਗਾ ਯਾਰ ਇੱਦਾਂ ਵੀ ਚੰਗਾ ਨਹੀਂ ਕਿਸੇ ਹੋਰ ਵੀ ਸਿੰਗਰ ਨਾਲ ਹੈ ਨਾ ਇਸ ਕਰਕੇ ਮੈਂ ਫਿਰ ਸਾਜ਼ ਬੰਦ ਕਰ ਦਿੱਤੇ ਅਤੇ ਫਿਰ ਮੈਂ ਗਰੁੱਪ ਬਣਾ ਲਿਆ ਫਿਰ ਗੁਰਦੁਆਰਾ ਦੇ ਕਿਰਪਾਣਾ ਜਿਹੜੇ ਜਿਹੜੇ ਮਤਲਬ ਵੱਡੇ ਵੀਰਾਂ ਨਾਲ ਮੈਂ ਗਿਆ ਕੰਟਰੀਆਂ ਦੇ ਵਿੱਚ ਉਸੇ ਕੰਟਰੀਆਂ 'ਚ ਮੈਂ ਆਪਣਾ ਗਰੁੱਪ ਲੈ ਕੇ ਵੀ ਗਿਆ ਫਿਰ ਤੁਹਾਡੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਸਾਰੇ ਦੇ ਸਾਰੇ ਗੀਤਾਂ ਨੂੰ ਮਾੜਾ ਮੋਹੀ ਪਿਆਰ ਮਿਲਿਆ ਬਹੁਤ ਸਾਰਿਆਂ ਨੇ ਲਾਈਕ ਕੀਤਾ ਤੁਹਾਡੇ ਗੀਤਾਂ ਨੂੰ ਪਰ ਇੱਕ ਗੀਤ ਤੁਹਾਡਾ ਇੱਕ ਅਜਿਹਾ ਗੀਤ ਸੀਗਾ ਵੀ ਤੁਸੀਂ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹੋ ਜ਼ਿਆਦਾਤਰ
ਸੱਤ ਸਮੁੰਦਰੋਂ ਪਾਰ ਮੇਰਾ ਸੋਹਣਾ ਵਤਨ ਪੰਜਾਬ, ਜਿਹਦਾ ਮਿਸ਼ਰੀ ਮਿੱਠਾ ਪਾਣੀ, ਜਿੱਥੇ ਜ਼ਰੇ ਜ਼ਰੇ ਵਿੱਚ ਪਿਆਰ, ਯਾਰ ਮੈਂ ਉੱਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ, ਯਾਰ ਮੈਂ ਉੱਥੋਂ ਦਾ। ਬਹੁਤ ਵਧੀਆ। ਸੋ ਤੁਸੀਂ ਐਜ਼ ਅ ਮਿਊਜ਼ਿਕ ਡਾਇਰੈਕਟਰ ਕਈ ਸਿੰਗਰਸ ਦੇ ਨਾਲ ਕੰਮ ਕਰ ਚੁੱਕੇ ਹੋ, ਜੈਜ਼ੀ ਬਾਈ ਹੁਣਾਂ ਦੇ ਨਾਲ, ਹੈਨਾ? ਜੈਜ਼ੀ ਤੋਂ ਬਿਨਾਂ ਹੋਰ ਕਿਹੜੇ ਸਿੰਗਰ ਦੇ ਨਾਲ ਕੰਮ ਕਰਕੇ ਜ਼ਿਆਦਾ ਸਵਾਦ ਆਉਂਦਾ? ਜੈਜ਼ੀ ਨਾਲ ਤਾਂ ਆਉਂਦਾ ਹੀ ਆਉਂਦਾ। ਦੇਖੋ ਏਸ ਕੰਗ ਜੀ ਲਿਵਿੰਗ ਲੈਜੈਂਡ ਸਾਡੇ ਜੀ ਵਰਲਡ ਦੇ, ਕੰਗ ਸਾਹਿਬ ਨੇ ਜਗਾਇਆ ਅਤੇ ਹਜੇ ਵੀ ਕਦੇ ਆਵਾਜ਼ ਸੁਣੋ ਮਹਾਰਾਜ ਅਤੇ ਤੱਲੀ ਵਾਂਗ ਟਣਕ ਦੀ ਆਵਾਜ਼ ਇਹਨੂੰ ਕਹਿੰਦੇ ਨਾ ਪੰਜਾਬੀ 'ਚ। ਬਿਲਕੁਲ ਬਿਲਕੁਲ। ਅਤੇ ਮਦਨ ਮੱਦੀ ਜੀ, ਅਮਰਿੰਦਰ ਗਿੱਲ, ਹਰਭਜਨ ਮਾਨ ਜੀ, ਨਛੱਤਰ ਗਿੱਲ, ਆਪਣਾ ਗਰੁੱਪ ਬਲਵਿੰਦਰ ਸਫਰੀ, ਬਹੁਤ ਸਾਰੇ ਕੰਮ ਕੀਤਾ ਉਹਨੇ। ਹੈ ਇਹਨਾਂ ਜਿਹੜੇ ਸਿੰਗਰਾਂ ਦਾ ਮੈਂ ਨਾਂ ਲਿਆ ਅਤੇ ਇਹ ਨਹੀਂ ਵੀ ਇੱਕ ਐਲਬਮ ਅਤੇ ਤਿੰਨ ਤਿੰਨ ਚਾਰ ਚਾਰ ਐਲਬਮ ਆ। ਜੈਜ਼ੀ ਵੀ ਭਾਅ ਜੀ ਨੇ ਮੇਰੇ ਖਿਆਲ ਮੈਂ 12 ਐਲਬਮ ਕੀਤੀਆਂ, ਮੈਨੂੰ ਤਾਂ ਆਪ ਨਹੀਂ ਪਤਾ ਕਿਸੇ ਮੁੰਡੇ ਨੇ ਗਾਈਆਂ ਵੀ 12-13 ਐਲਬਮ ਸੀਗੀਆਂ। ਹਾਂਜੀ। ਸੋ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਬੜੀ ਵਧੀਆ ਗੱਲਬਾਤ ਹੋ ਰਹੀ ਹੈ। ਔਰ UK ਦੇ ਟੇਸਟ ਬਾਰੇ ਵੀ ਥੋੜ੍ਹੀ ਜਿਹੀ ਹੋਰ ਗੱਲ ਕਰਾਂਗੇ, ਪਰ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਸੋ ਦਰਸ਼ਕੋ, ਪ੍ਰੋਗਰਾਮ ਰੂਬਰੂ ਇਸੇ ਤਰ੍ਹਾਂ ਰਹੂਗਾ ਜਾਰੀ। ਸਾਡੇ ਨਾਲ ਜੁੜੇ ਹੋਏ ਨੇ ਬਾਈ ਸੁਖਸ਼ਿੰਦਰ ਸ਼ਿੰਦਾ ਜੀ, ਉਹਨਾਂ ਦੇ ਨਾਲ ਹੋਰ ਗੱਲਬਾਤ ਕਰਾਂਗੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ। ਸਾਡੇ ਨਾਲ ਜੁੜੇ ਹੋਏ ਨੇ ਬਾਈ ਸੁਖਸ਼ਿੰਦਰ ਸ਼ਿੰਦਾ ਜੀ। ਸ਼ਿੰਦਾ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਇਸ ਸੈਗਮੈਂਟ ਦੇ ਵਿੱਚ ਨਾ ਮੈਂ UK ਬੇਸਡ ਹਾਂ ਤੁਸੀਂ, ਹੈ ਨਾ, UK ਦੇ ਚਾਹੁਣ ਵਾਲੇ ਤੁਹਾਡੇ ਸਰੋਤੇ, ਤੁਹਾਡੇ ਮਿਊਜ਼ਿਕ ਦੇ ਫੈਨ, ਅਤੇ ਇੱਥੇ ਪੰਜਾਬ ਦੇ ਜਿਹੜੇ ਮਿਊਜ਼ਿਕ ਦੇ ਫੈਨਸ, ਇਹਨਾਂ ਦੋਨਾਂ ਨੂੰ ਤੁਸੀਂ ਕਿੱਦਾਂ ਕੰਪੇਅਰ ਕਰਦੇ ਹੋ? ਕਿੱਦਾਂ ਲੱਗਦਾ ਵੀ ਉੱਥੇ ਕੀ ਟੇਸਟ ਹੈ, ਇੱਥੇ ਕੀ ਟੇਸਟ ਹੈ, ਫਰਕ ਕੀ ਹੈ ਟੇਸਟ ਦੇ ਵਿੱਚ? ਅਸਲ 'ਚ ਟੇਸਟ ਦੇਖੋ, ਪੰਜਾਬੀ ਤਾਂ ਪੰਜਾਬੀ ਹੈ, ਇੱਥੋਂ ਜਿਹੜਾ ਡਾਂਸਿੰਗ ਦਾ ਮਾਹੌਲ ਹੁੰਦਾ ਜ਼ਿਆਦਾ ਇੱਥੇ, ਜਿਹੜਾ ਕਿਉਂਕਿ ਪੰਜਾਬੀ ਦੀ ਜ਼ਿਆਦਾ ਨੌਲੇਜ ਇੱਥੇ ਦੇ ਬਹੁਣ ਜਿਹੜੇ, ਸੋ ਉਸ 'ਤੇ ਜ਼ਿਆਦਾ ਜਾਂ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਹੁੰਦੇ, ਜ਼ਿਆਦਾ ਨੱਚਣ ਟੱਪਣ ਦੀ ਗੱਲਬਾਤ ਹੈ ਨਾ, ਜਿੱਦਾਂ ਨਾਨਕਾ ਮੇਲ ਹੋਇਆ, ਅੱਜ ਦਿਨ ਖੁਸ਼ੀਆਂ ਦਾ, ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕਿ ਪੁੱਤਰ ਦਾ, ਇਸ ਤਰ੍ਹਾਂ ਦੇ ਮਤਲਬ ਗੀਤ ਹੈ ਨਾ, ਮੌਜਾਂ ਲੁੱਟ ਪੁੱਤਰ ਆਪਣੇ ਰੌਣਕਾਂ ਲਾਈਆਂ, ਇਹੋ ਜਿਹੇ ਗੀਤ ਮਤਲਬ ਮੇਰੇ ਵਿਆਹ ਸ਼ਾਦੀਆਂ ਦੇ ਟਾਈਪ ਦੇ ਹੁੰਦੇ, ਮੈਂ ਵੀ ਲਾਈਕ ਕਰਦਾ ਫੈਮਿਲੀ ਟਾਈਪ ਗੀਤ ਗਾਉਣੇ। ਸੋ ਇਸੇ ਤਰ੍ਹਾਂ ਵੀ ਇੱਥੇ ਚੱਲਦੇ ਆ, ਲੇਕਿਨ ਇਹਦੇ ਵਿੱਚ ਤੁਸੀਂ ਹੋਰ ਵੀ ਕੁਛ ਸੁਣਾ ਸਕਦਾ, ਮੈਂ ਨਵਾਂ ਵੀ ਅਤੇ ਲੋਕ ਅਪਰੀਸ਼ੀਏਟ ਕਰਦੇ, ਉੱਥੇ ਜ਼ਿਆਦਾ ਡਾਂਸ ਜ਼ਿਆਦਾ ਕਰਦੇ ਆ, ਇੱਥੇ ਜਦੋਂ ਫਿਰ ਅੰਦਰ ਜਾਂਦੀ ਨਾਗਣੀ ਕਰਦੇ ਆ, ਅੱਜ ਦਿਨ ਖੁਸ਼ੀਆਂ ਦਾ ਜੇ ਹੋ ਜਾਏ ਗੀਤ। ਹਾਂਜੀ, ਓਏ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਆਵੋ ਰਲ ਮਿਲ ਖੁਸ਼ੀ ਮਨਾਈਏ, ਹੱਸੀਏ ਨੱਚੀਏ ਟੱਪੀਏ ਗਾਈਏ, ਇਹ ਵੇਲਾ ਮੁੜ ਕੇ ਨਹੀਂ ਲੱਭਣਾ, ਬਈ ਅੱਜ ਦਿਨ ਖੁਸ਼ੀਆਂ ਦਾ ਸੱਜਣਾ। ਜਿੱਦਾਂ ਤੁਸੀਂ ਆਪਾਂ ਜੇ ਫਿਲਮਾਂ ਦੀ ਗੱਲ ਕਰੀਏ, ਹਨਾ, ਤੁਸੀਂ ਫਿਲਮਾਂ ਦੇ ਵਿੱਚ ਵੀ ਮਿਊਜ਼ਿਕ ਦਿੱਤਾ, ਕਈ ਫਿਲਮਾਂ ਗਾਇਆ ਵੀ ਤੇ ਮਿਊਜ਼ਿਕ ਵੀ ਦਿੱਤਾ ਜੀ, ਤੇ ਜੈਜ਼ੀ ਤੁਹਾਡੇ ਨਾਲ ਕਾਫੀ ਜੁੜੇ, ਹਨਾ, ਉਹਨਾਂ ਨੇ ਵੀ ਫਿਲਮਾਂ ਕੀਤੀਆਂ, ਪਰ ਤੁਹਾਨੂੰ ਐਜ਼ ਅ ਹੀਰੋ ਹਜੇ ਤੱਕ ਕਿਉਂ ਨਹੀਂ ਦੇਖਿਆ? ਆਉਣਾ ਨਹੀਂ ਚਾਹੁੰਦੇ? ਨਹੀਂ, ਮੈਂ ਨਹੀਂ ਆਉਣਾ ਚਾਹੁੰਦਾ। ਕੀ ਕਾਰਨ? ਮੈਂ ਕਹਿੰਦਾ ਇਹਦੇ ਨਾਲ ਗੀਤ ਵਧੀਆ ਬਣਾਊਗਾ, ਜਿਹੜਾ ਲੋਕ ਗੀਤ ਦੀ ਲਾਈਫ ਜ਼ਿਆਦਾ ਹੁੰਦੀ ਹੈ ਮੇਰੇ ਹਿਸਾਬ ਨਾਲ, ਠੀਕ ਹੈ ਨਾ? ਪਰ ਫਿਰ ਤੁਹਾਡੇ ਯਾਰ ਮਿੱਤਰ ਤਾਂ ਸਾਰੇ ਫਿਲਮਾਂ ਦੇ ਵਿੱਚ ਆ ਰਹੇ ਨੇ। ਉਹ ਚਲੋ, ਉਹਨਾਂ ਦੀ ਖੁਸ਼ੀ ਹੈ ਮਹਾਰਾਜ, ਹੁਣ ਮੈਂ ਤੈਨੂੰ ਕਹਾਂ ਤੂੰ ਫਿਲਮ ਬਣਾ ਦੇ, ਆਪਣੀ ਖੁਸ਼ੀ ਹੈ ਨਾ, ਇਹ ਧੱਕੇ ਨਾਲ ਨਹੀਂ ਹੁੰਦਾ ਕੰਮ, ਅਸੀਂ ਧੱਕੇ ਨਾਲ ਜ਼ਿੰਦਗੀ 'ਚ ਨਹੀਂ ਕੁਛ ਕੀਤਾ। ਹਾਂ, ਸਤਿਗੁਰੂ ਨੇ ਚਾਹੇ ਤਾਂ ਹੋ ਜਾਵਾਂਗੇ, ਕੋਈ ਐਸਾ ਲੱਗਾ, ਪਰ ਲੇਕਿਨ ਫਿਲਹਾਲ ਫਿਊਚਰ ਪਲੈਨਸ ਹੈ ਫਿਲਮਾਂ ਬਾਰੇ? ਨਹੀਂ, ਕੋਈ ਫਿਰ ਪਲੈਨ ਨਹੀਂ, ਪਲੈਨ ਵੀ ਅੱਛੇ ਅੱਛੇ ਗੀਤ, ਅੱਛੀ ਸ਼ਾਇਰੀ, ਅੱਛਾ ਮਿਊਜ਼ਿਕ, ਅੱਛਾ ਗਾ ਸਕਾਂ। ਸ਼ਾਇਰੀ ਦੀ ਤੁਸੀਂ ਗੱਲ ਕੀਤੀ, ਹੈ ਨਾ, ਇੱਕ ਗੀਤ ਦੇ ਵਿੱਚ ਇੱਕ ਬੇਸ ਆ ਜਿਹੜਾ ਉਹ ਗੀਤਕਾਰੀ ਹੁੰਦੀ, ਸ਼ਾਇਰੀ ਹੁੰਦੀ, ਤੁਸੀਂ ਕਿਹਨਾਂ ਦੀ ਸ਼ਾਇਰੀ ਪਸੰਦ ਕਰਦੇ ਹੋ ਅਤੇ ਕਿਉਂ? ਅਤੇ ਮੈਂ ਤਾਂ ਨਵੇਂ ਮੁੰਡਿਆਂ ਦੇ ਵੀ ਇਹ ਗੀਤ ਸੁਣਦਾ ਹੁੰਦਾ, ਬਾਕੀ ਬਹੁਤ ਰਾਜ ਕਾਕੜਾ ਜੀ ਸਾਡੇ, ਬਹੁਤ ਸਾਡੇ ਇੰਗਲੈਂਡ ਦੇ ਜੰਡੂ ਸਾਹਿਬ, ਅਤੇ ਬਾਕੀ ਲੈਜੈਂਡਰੀ ਬੰਦੇ ਤਾਂ ਹੋਏ, ਦੇਵ ਤਰੀਕੇ, ਬਾਬੂ ਸਿੰਘ ਮਾਨ, ਅਤੇ ਇੱਕ ਗੀਤ ਜੇ ਮੈਂ ਪਿੱਛੇ ਜੇ ਹੁਣ ਗਾਇਆ ਸੀਗਾ, ਮੈਂ ਜ਼ਰੂਰ ਦੋ ਬੋਲ ਸਾਂਝੇ ਕਰੂੰਗਾ ਤੁਹਾਡੇ ਨਾਲ ਜੀ। ਵਾੜ ਖੇਤ ਖਾਈ ਜਾਵੇ, ਪਹਿਰੇਦਾਰ ਨੇ ਲੁਟੇਰੇ, ਸਾਨੂੰ ਮਾਲਕਾ ਬਚਾ ਲੈ, ਸਾਡੀ ਡੋਰ ਹੱਥ ਤੇਰੇ, ਜਿਹਦਾ ਦਾ ਲੱਗੇ ਲਾਉਂਦਾ, ਮੁੱਕ ਗਈਆਂ ਨੇ ਵਫਾਵਾਂ, ਪੰਜਾਬ ਸੋਨੇ ਦੀ ਚਿੜੀ ਦੀ, ਰੱਬਾ ਖੈਰ ਮੈਂ ਮਨਾਵਾਂ। ਕੀ ਬਾਤ ਹੈ, ਬਹੁਤ ਵਧੀਆ। ਪਿੱਛੇ ਜਿਹਾ ਗੀਤ ਰਿਲੀਜ਼ ਕੀਤਾ ਸੀਗਾ ਜੀ 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 ਜੀ, ਅਤੇ ਜਦੋਂ ਮੈਂ ਪੰਜਾਬ 'ਚ ਆਇਆ ਸੀਗਾ, ਮੈਂ ਦੱਸਣਾ ਚਾਹੁੰਦਾ ਮੈਂ ਗੀਤ ਹੋਰ ਕਰਨਾ ਸੀਗਾ ਉਦੋਂ, ਲੇਕਿਨ ਜੋ ਜਿਹਨਾਂ ਮੈਂ ਤਾਂ ਇਨਸਾਨ ਵੀ ਨਹੀਂ ਕਹਾਂ, ਗੁਰੂ ਸਾਹਿਬ ਦੀ ਜਿਹਨਾਂ ਨੇ ਬੇਅਦਬੀ ਵੀ ਕੀਤੀ, ਅਤੇ ਮਨ ਬਹੁਤ ਦੁੱਖ ਲੱਗਾ, ਮੈਂ ਸੋਚਿਆ ਵੀ ਮੈਂ ਕੀ ਕਰ ਸਕਦਾ, ਅਤੇ ਮੈਂ ਸੋਚਿਆ ਵੀ ਜੋ ਮੈਂ ਕਰ ਸਕਦਾ ਉਹੀ ਕਰ ਸਕਦਾ, ਸੋ ਇਹ ਗੀਤ ਮੈਂ ਉੱਥੋਂ ਤਿਆਰ ਕਰਕੇ ਅਤੇ ਇਹ ਗੀਤ
ਗਾਇਆ ਸੀਗਾ। ਬੜੀ ਵਧੀਆ ਸੋਚ ਹੈ ਤੁਹਾਡੀ, ਤੁਸੀਂ ਉਸ ਸਿਚੁਏਸ਼ਨ ਤੇ ਬਿਆਨ ਕਰਦਾ ਹੋਇਆ ਗੀਤ ਪਾਇਆ ਜੀ। ਤੇ ਕਈ ਕਲਾਕਾਰ ਉਸ ਟਾਈਮ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਤੇ ਆਪਣੇ ਹਿੱਟ ਗੀਤ ਜੋ ਉਹਨਾਂ ਨੂੰ ਚਾਹੁੰਦੇ ਸੀ ਹਨਾ ਵੀ ਹਿੱਟ ਹੋਊਗਾ ਗੀਤ, ਕੋਈ ਕੋਈ ਬੰਦੂਕਾਂ ਵਾਲੇ ਗਾਣੇ ਰਿਲੀਜ਼ ਕਰੀ ਜਾਂ ਕਿਸ ਤਰ੍ਹਾਂ, ਤੁਸੀਂ ਉਸ ਸਿਚੁਏਸ਼ਨ ਤੇ ਗਾਇਆ, ਮੈਂ ਸਲਾਮ ਕਰਨਾ ਤੁਹਾਡੀ ਸੋਚ ਨੂੰ। ਔਰ ਜੇ ਆਪਾਂ ਮਿਊਜ਼ਿਕ ਦੀ ਗੱਲ ਕਰੀਏ ਹਨਾ, ਸਾਰਿਆਂ ਨੂੰ ਸੁਖਸ਼ਿੰਦਰ ਸ਼ਿੰਦੇ ਹੋਣਾ ਦਾ ਮਿਊਜ਼ਿਕ ਚੰਗਾ ਲੱਗਦਾ ਹੈ, ਔਰ ਉਹਨਾਂ ਦੇ ਗੀਤਾਂ ਦੇ ਵਿੱਚ ਜਿੰਨੇ ਵੀ ਬੋਲ ਹੁੰਦੇ ਆ ਜਿਹੜੇ ਗਾਇਕਾਂ ਵੱਲੋਂ ਗਾਏ ਜਾਂਦੇ ਚੰਗੇ ਹੁੰਦੇ ਆ, ਆਪਣੀਆਂ ਗੱਡੀਆਂ ਦੇ ਵਿੱਚ ਗੀਤ ਚੱਲਦੇ ਹਨਾ, ਤੁਹਾਡੀ ਗੱਡੀ ਦੇ ਵਿੱਚ ਕਿਹਦਾ ਗੀਤ ਚੱਲਦਾ? ਮੇਰੇ ਗੱਡੀ ਦੇ ਵਿੱਚ ਭਾਈ ਸਾਹਿਬ ਇੱਦਾਂ ਆ ਵੀ ਜਦੋਂ ਮੈਂ ਗੀਤ ਕੋ ਕਰ ਰਿਹਾ ਤਿਆਰ, ਫਿਰ ਕਿਸੇ ਦੀ ਐਲਬਮ ਜਾਂ ਮੇਰੀ ਆਪਣੀ ਆ, ਫਿਲਹਾਲ ਉਹਦੇ 'ਤੇ ਵੇਖ ਹੋਣਾ, ਠੀਕ ਹੈ ਨਾ। ਬਾਕੀ ਪੁਰਾਣੀਆਂ ਚੀਜ਼ਾਂ ਮੇਰੇ ਉਸਤਾਦ ਜੀ ਨੇ ਗਾਈਆਂ ਹੋਈਆਂ ਚੀਜ਼ਾਂ, ਹਾਂਜੀ, ਜੋ ਕਿਉਂਕਿ ਮੈਂ ਸਿੱਖਣਾ ਛੱਡਿਆ ਨਹੀਂ, ਨਾ ਕਦੇ ਛੱਡੂੰਗਾ, ਹਜੇ ਵੀ ਮਤਲਬ ਬੰਦਿਸ਼ਾਂ ਹੈ, ਹੋਰ ਵੀ ਚੀਜ਼ਾਂ ਯਾਦ ਕਰਨ ਉਹ ਗੱਡੀ ਦੇ ਵਿੱਚ ਵੀ ਮੈਂ ਸੁਣਦਾ ਰਹਿੰਦਾ, ਕਿਉਂਕਿ ਸਾਡੇ ਉਸਤਾਦ ਜੀ ਬਹੁਤ ਗ੍ਰੇਟ ਹਿਊਮਨ ਬੀਨ ਅਤੇ ਮਾਸਟਰ ਤਾਂ ਹੈ, ਅਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਮੇਰਾ ਝਲਕ ਵੀ ਜੇ ਖੁਸ਼ਬੂ ਆ ਜਾਵੇ ਨਾ ਤੁਹਾਡੀ ਵਿੱਚ, ਅਤੇ ਉਹ ਅੰਦਾਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਬਹੁਤ ਮੁਸ਼ਕਿਲ ਆ, ਸਤਿਗੁਰੂ ਕਿਰਪਾ ਕਰਨ ਅਤੇ ਇਹ ਚੀਜ਼ਾਂ। ਜੇ ਆਪਾਂ ਪੰਜਾਬੀਅਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਸਰੋਤੇ ਆ, ਜਿੰਨੇ ਵੀ ਗੀਤਾਂ ਨੂੰ ਪਿਆਰ ਕਰਨ ਵਾਲੇ ਇੱਥੇ ਆ, ਹੈ ਨਾ, ਉਹ ਜ਼ਿਆਦਾ ਪੰਜਾਬ ਨਾਲ ਜੁੜੇ ਹੋਏ ਨੇ ਕਿ ਜਿਹੜੇ ਪ੍ਰਦੇਸ਼ਾਂ ਵਿੱਚ ਪੰਜਾਬੀ ਵਸੇ ਹੋਏ, ਉਹ ਪੰਜਾਬ ਦੀ ਮਿੱਟੀ ਦੀ ਗੱਲ ਸੁਣਨਾ ਜ਼ਿਆਦਾ? ਉਹ ਤਾਂ ਤੁਹਾਨੂੰ ਪਤਾ, ਹੁਣ ਮੈਂ ਹੁਣ ਚਲੋ ਕਿਸੇ ਨੂੰ ਜਿਸ ਥੱਲੇ ਵੀ ਨਹੀਂ ਲਾਉਣਾ ਜਾਂਦਾ, ਲੇਕਿਨ ਬਾਹਰ ਜਿਹੜੀ ਸਤਿਕਾਰ ਹੈ ਉਹ ਕਿਉਂਕਿ ਪਤਾ ਨਹੀਂ ਦੂਰ ਕਰਕੇ ਰਹਿਣ ਕਰਕੇ ਹੈ ਨਾ, ਇਹ ਗੱਲ ਹੁੰਦੀ ਹੈ, ਉਹ ਜ਼ਿਆਦਾ ਸਤਿਕਾਰ ਕਰੇ। ਤੁਸੀਂ ਵੀ ਬਾਹਰ ਰਹਿੰਦੇ ਅਮਰੀਕਾ ਦੇ ਵਿੱਚ, ਕਿਉਂਕਿ ਚੀਜ਼ ਨੂੰ ਤਰਸਦੇ ਆ, ਕਿਉਂਕਿ ਛੱਡ ਕੇ ਗਏ ਆ, ਅਤੇ ਜਿਹੜਾ ਬੰਦਾ ਉੱਥੇ ਰਹਿੰਦਾ ਹੁੰਦਾ ਉਸ ਚੀਜ਼ ਦੀ ਕਈ ਨਹੀਂ ਵੈਲਿਊ ਨਾਲ, ਹੈ ਨਾ, ਇਹ ਨਹੀਂ ਮੈਂ ਕਹਿੰਦਾ ਵੀ ਉਹ ਗਲਤ ਆ, ਇਹ ਦੁਨੀਆ ਦਾ ਜੋ ਸਿਸਟਮ ਆ। ਹਾਂਜੀ, ਤੁਸੀਂ ਨਾ ਇੱਕ ਤੁਹਾਡੀ ਕੀ ਗੱਲ ਆ ਜਿਹੜੀ ਸਾਰੇ ਪੰਜਾਬੀਆਂ ਨੂੰ ਜਿਹੜੀ ਚੰਗੀ ਲੱਗਦੀ ਹੈ, ਤੁਸੀਂ ਬੋਰਨ ਰੇਜ਼ ਯੂ ਕੇ ਦੇ ਹੋ, ਹੈ ਨਾ, ਪਰ ਫਿਰ ਵੀ ਤੁਸੀਂ ਪੱਗ ਦਾ ਸਤਿਕਾਰ ਕਰਦੇ ਹੋ, ਹਮੇਸ਼ਾ ਪੱਗ ਬੰਨ ਕੇ ਗੀਤ ਗਾਉਂਦੇ। ਤੁਹਾਡਾ ਇੱਕ ਗੀਤ ਆਇਆ ਸੀ ਜਿਹੜਾ ਪਗੜੀ 5-7 meter ਰਹੀ, ਉਹਦੇ ਜੇ ਦੋ ਬੋਲ ਹੋ ਜਾਣ ਤਾਂ ਕਿ ਪੰਜਾਬੀਆਂ ਨੂੰ ਪੱਗ ਬਾਰੇ ਦੱਸਿਆ ਜਾ ਸਕੇ। ਉਹ ਝਲਮਨ ਸਿੰਘ ਟੰਡਾ ਜੀ ਦਾ ਗੀਤ ਹੈ, ਮੇਰਾ ਵੀ ਬਹੁਤ ਫੇਵਰੇਟ ਗੀਤ ਆ। ਸ਼ੀਸ਼ੇ ਅੱਗੇ ਖੜੇ ਸਾਂ ਰੋਕ ਰੋਕ ਕੇ, ਵੇ ਬੰਨਦਾ ਹੈ ਪੱਗ ਬੜੀ ਠੋਕ ਠੋਕ ਕੇ, ਪਿਤਾ ਵਾਰਿਆਂ ਪੁੱਤ ਵਾਰ ਤੇ, ਪਰਿਵਾਰ ਵਾਰ ਤਾਂ ਸਾਰਾ ਸੌਖੀ ਨਹੀਂ ਮਿਲ ਗਈ ਤੈਨੂੰ ਇਹ ਪਗੜੀ ਸਰਦਾਰਾ। ਕਿਆ ਬਾਤ ਹੈ ਸ਼ਿੰਦਾ ਬਾਈ ਜੀ, ਕਈ ਟਰੈਕਸ ਜਿਹੜੇ ਤੁਹਾਡੇ ਨਵੇਂ ਆਏ ਨੇ, ਹੋਰ ਕਲਾਕਾਰਾਂ ਦੇ ਵੀ ਆਏ ਨੇ, ਪਰ ਤੁਹਾਡਾ ਆਪਣਾ ਟਰੈਕ ਜਿਹੜਾ ਨਵਾਂ ਆਇਆ ਹੈ ਨਾ, ਬੜਾ ਮੋਹੇ ਪਿਆਰ ਤੁਹਾਡੇ ਚਾਹੁਣ ਵਾਲੇ ਵੱਲੋਂ ਦਿੱਤਾ ਜਾ ਰਿਹਾ ਹੈ ਨਾ, ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਦਾ ਉਹਦੇ ਵਿੱਚ ਮਿਊਜ਼ਿਕ ਤੁਸੀਂ ਸਰੋਤਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਬੋਲ ਕਿਸ ਤਰ੍ਹਾਂ ਦੇ ਨੇ ਉਹਦੇ ਸਾਰੇ? ਇੱਦਾਂ ਵੀਰ ਜੀ, ਵੀ ਉਹ ਜਿਹੜਾ ਗੀਤ ਹੈ ਨਾ, ਇੱਕ ਹੋਰ ਲਾ ਦੇ ਜਿਹਦੀ ਗੱਲ ਕਰਦੇ ਹੋ ਤੁਸੀਂ, ਉਹ ਸੈਕਿੰਡ ਗੀਤ ਹੈ ਜਿਹੜਾ ਮੈਂ ਹੋਰ ਕਿਸੇ ਦੇ ਮਿਊਜ਼ਿਕ 'ਚ ਗਾਇਆ, ਉਹ ਮੇਰਾ ਵੀਰ ਡੀ ਜੇ ਵਿਕਸਿਤ ਸੀ ਯੂਕੇ ਦਾ, ਓਕੇ, ਅਤੇ ਬਹੁਤ ਚਿਰ ਦਾ ਕਹਿ ਰਿਹਾ ਸੀਗਾ ਵੀ ਮੈਂ ਗੀਤ ਕਰਨਾ, ਵੀ ਮੇਰਾ ਡ੍ਰੀਮ ਹੈ ਮੇਰੇ ਨਾਲ ਗੀਤ ਕਰਨਾ, ਅਤੇ ਕਿਉਂਕਿ ਜਦੋਂ ਸਟਾਰਟ ਕਰਦਾ ਮੈਂ ਉਹਦੇ ਲਈ ਆਪਣੇ ਇੰਸਟਰੂਮੈਂਟਸ ਵੀ ਆਏ ਸੀਗੇ, ਅਤੇ ਮੈਂ ਕੋਈ ਗੱਲ ਨਹੀਂ ਕਰਾਂਗੇ, ਹੁਣ ਕਈ ਸਾਲਾਂ ਬਾਅਦ ਉਹ ਮਨ 'ਚ ਆਇਆ, ਉਹ ਕਹਿੰਦਾ ਵੀ ਗੀਤ, ਮੈਂ ਕਿਹਾ ਚੱਲ ਜੀ ਗੀਤ ਕਰਦੇ ਹਾਂ, ਅਤੇ ਹਾਂ ਡੀ ਜੇ ਵਿਕਸ, ਅਤੇ ਬਹੁਤ ਸੋਹਣਾ ਬਣਾਇਆ ਉਹਨਾਂ ਨੇ ਗੀਤ, ਸੋ ਸੱਤਾ ਕੋਟਲੀਆ ਦੇ ਲਿਖੇ ਬੋਲ ਜੀ, ਅਤੇ ਬਹੁਤ ਲੋਕ ਪਸੰਦ ਕਰ ਰਹੇ, ਉਹ ਸੀਨ ਸੀਗੀ ਇੱਦਾਂ ਜਿਹੜੇ ਵੀਡੀਓ ਲੋਕ ਬਹੁਤ ਪਸੰਦ ਕਰ ਰਹੇ, ਜਿੱਦਾਂ ਅਕਸਰ ਵਿਆਹਾਂ 'ਚ ਹੁੰਦਾ ਨਾ ਵੀ ਜਦੋਂ ਪ੍ਰੋਗਰਾਮ ਖਤਮ ਹੋਣ ਲੱਗਾ ਵੀ ਇੱਕ ਹੋਰ ਲਾ ਯਾਰ ਗੀਤ, ਉਹਦਾ ਨਾਂ ਹੀ ਅਸੀਂ ਇੱਕ ਹੋਰ ਲਾ ਦੇ, ਜਦੋਂ ਪ੍ਰੋਗਰਾਮ ਖਤਮ ਹੁੰਦਾ ਨਾ ਇੱਕ ਹੋਰ ਲਾ ਦੇ ਯਾਰ, ਇੱਕ ਹੋਰ ਲਾ ਦੇ, ਇੱਦਾਂ ਕਰਦੇ ਹੁੰਦੇ, ਉਸੀ ਵੀਡੀਓ ਚੀਜ਼ ਅਸੀਂ ਕੋਸ਼ਿਸ਼ ਕੀਤੀ ਦਿਖਾਲਣ ਨੂੰ ਜੋ ਹੁੰਦਾ ਅਕਸਰ ਜੀ। ਅੱਜ ਸਾਡੇ ਪੈਗ ਸ਼ੈਗ ਲੱਗੇ ਹੋਏ ਨੇ, ਬੇ ਲੰਡਨੋਂ ਵੀ ਯਾਰ ਬੇਲੀ ਸੱਦੇ ਹੋਏ ਨੇ, ਅੱਜ ਸਾਡੇ ਪੈਗ ਸ਼ੈਗ ਲੱਗੇ ਹੋਏ ਨੇ, ਅਮਰੀਕਾ ਤੋਂ ਵੀ ਯਾਰ ਬੇਲੀ ਸੱਦੇ ਹੋਏ ਨੇ, ਅਸੀਂ ਰਲ ਮਿਲ ਲੁੱਟਣਾ ਨਜ਼ਾਰਾ ਵੇ ਮਿੱਤਰਾਂ ਨੇ ਹੋਰ ਨੱਚਣਾ, ਪਾਰਟੀ ਬੰਦ ਨਾ ਉਹ ਬੰਦ ਨਾ ਕਰੀ ਵੇ ਦਿਲ ਤਾਰਾ, ਮਿੱਤਰਾਂ ਨੇ ਹੋਰ ਨੱਚਣਾ, ਬੰਦ ਨਾ ਕਰੀ ਵੇ ਛਿੰਦੇ ਯਾਰਾ, ਮਿੱਤਰਾਂ ਨੇ ਹੋਰ ਨੱਚਣਾ। ਕਿਆ ਬਾਤ ਹੈ, ਅੱਜ ਦੇ ਨਵੇਂ ਸਿੰਗਰ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਨਵੇਂ ਸਿੰਗਰ ਜਿਹੜੇ ਉਹ ਪੁਰਾਣੇ ਜਿਹੜੇ ਇਸ ਇੰਡਸਟਰੀ ਦੇ ਜਿਹੜੇ ਮੰਝੇ ਹੋਏ ਆਰਟਿਸਟ ਨੇ, ਚਾਹੇ ਉਹ ਸੰਗੀਤਕਾਰ ਆ, ਚਾਹੇ ਉਹ ਗੀਤਕਾਰ ਆ, ਚਾਹੇ ਗਾਇਕ ਆ, ਉਹਦੀ ਗੱਲ ਸੁਣਨਗੇ ਮੇਰੇ ਹਿਸਾਬ ਨਾਲ, ਉਹਨਾਂ ਨਵੇਂ ਸਿੰਗਰ ਜਿਹੜੇ ਇਸ ਫੀਲਡ ਦੇ ਵਿੱਚ ਨਵਾਂ ਆਉਣਾ ਚਾਹੁੰਦੇ ਆ ਜਾਂ ਆ ਗਏ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ? ਬਸ ਮੈਸੇਜ ਇਹ ਹੈ ਵੀ ਵੀਰ ਜੀ ਵੀ ਤੁਸੀਂ ਆਪਣੀ ਮਿਹਨਤ ਕਰੋ, ਅੱਛੀ ਗੀਤਕਾਰੀ ਲਿਆਓ ਅਤੇ ਟਰਾਈ ਕਰੋ ਆਪਣੀ ਬੈਸਟ ਨਾਲ, ਕੋਈ ਰਾਤੋ ਰਾਤ ਨਹੀਂ ਹੁੰਦਾ, ਕਈ ਹੁਣ ਜਦੋਂ ਸਟਾਰਟ ਕਰਦੇ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਵੀ ਇਨਕਰੇਜ ਕਰਦੇ ਹਾਂ ਵੀ ਇਸ ਕੰਮ ਨੂੰ ਕਰੋ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਨਾ ਮਿਊਜ਼ਿਕ ਤੋਂ ਵਧੀਆ ਮੈਨੂੰ ਕੋਈ ਹੋਰ ਚੀਜ਼ ਨਹੀਂ ਲੱਗੀ ਦੁਨੀਆਂ ਦੇ ਵਿੱਚ, ਅਤੇ ਬਿਊਟੀਫੁਲ ਚੀਜ਼ ਹੈ, ਤੁਸੀਂ ਇੰਸਟਰੂਮੈਂਟ ਸਿੱਖੋ ਜਾਂ ਗਾਣਾ ਵੀ, ਜਾਂ ਇਹ ਨਹੀਂ ਵੀ ਤੁਸੀਂ ਪ੍ਰੋਫੈਸ਼ਨਲ ਨਹੀਂ ਕਰਨਾ, ਤੁਸੀਂ ਕਈ ਡਾਕਟਰ ਦੇਖ ਦਿਓ ਹਾਰਮੋਨੀਅਮ ਲੈ ਕੇ ਬਹਿ ਜਾਂਦੇ ਬਾਹਰ, ਉਹ ਟੈਨਸ਼ਨ ਦੂਰ ਹੋ ਜਾਂਦੀ ਹੈ ਨਾ, ਜਾਂ ਕੋਈ ਤਬਲਾ ਵਜਾ ਰਿਹਾ ਉਹ ਆਪਣਾ ਮਜ਼ਾ ਲੈ ਰਿਹਾ। ਆਪਾਂ ਤੁਹਾਡੇ ਕਈ ਗੀਤ ਹੁਣ ਸੁਣ ਲਏ ਹੈ ਨਾ, ਜਿਹੜਾ ਗੀਤ ਤੁਸੀਂ ਹੋਰ ਸੁਣਾਉਣਾ ਹੋਵੇ, ਜਿਹੜਾ ਤੁਹਾਡੇ ਰੂਹ ਦੇ ਬੜਾ ਨੇੜੇ ਹੋਵੇ, ਰੂਹ ਨੂੰ ਸਕੂਨ ਦਿੰਦਾ ਹੋਵੇ, ਜਦੋਂ ਇਕੱਲੇ ਬੈਠੇ ਹੋਵੇ ਕਿਤੇ ਕਾਂਤ ਦੇ ਵਿੱਚ, ਤਾਂ ਉਹ ਗੀਤ ਤੁਸੀਂ ਗੁਣਾਉਣਾ ਆਉਂਦੇ ਹੋ, ਤਾਂ ਫਿਰ ਆਪਾਂ ਪ੍ਰੋਗਰਾਮ ਨੂੰ ਰੈਪ ਕਰਦੇ ਹਾਂ।
ਬਹੁਤ ਸਾਰੇ ਗੀਤ, ਇੱਕ ਮੈਂ ਗੀਤ ਮੇਰੇ ਭਾਈ ਸਾਹਿਬ ਨੂੰ ਮੈਂ ਡੈਡੀਕੇਟ ਕਰ ਦਿੱਤਾ ਸੀਗਾ ਅਤੇ ਉਹ ਮੈਂ ਦੋ ਬੋਲ ਤੁਹਾਨੂੰ ਸੁਣਾਊਂਗਾ ਜੀ। ਠੀਕ ਹੈ ਜੀ। ਪਹਿਲੇ ਸੋਚ ਲੈ ਪਾਪਾ ਨੂੰ ਲੁਕੋਇਆ ਵੀ ਨਹੀਂ ਜਾਣਾ, ਸੋਚ ਲੈ ਪਾਪਾ ਨੂੰ ਲੁਕੋਇਆ ਵੀ ਨਹੀਂ ਜਾਣਾ, ਤੇਤੋਂ ਹੱਸਿਆ ਤੇ ਕੀ ਤੇਤੋਂ ਰੋਇਆ ਵੀ ਨਹੀਂ ਜਾਣਾ, ਪਹਿਲੇ ਸੋਚ ਲੈ ਹੋ ਪਹਿਲੇ ਸੋਚ ਲੈ। ਕਿਆ ਬਾਤ ਹੈ ਜੀ, ਬਹੁਤ ਵਧੀਆ। ਸੋ ਬਾਈ ਤੁਸੀਂ ਕੀਮਤੀ ਟਾਈਮ ਦੇ ਵਿੱਚੋਂ ਟਾਈਮ, ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਗੋਡ ਬਲੈਸ ਐਵਰੀਵਨ। ਇੱਕ ਵਾਰੀ ਫਿਰ ਬਹੁਤ ਬਹੁਤ ਮੈਂ ਤੁਹਾਡਾ ਧੰਨਵਾਦ ਆ ਅਤੇ ਸਾਰੇ ਸਰੋਤਿਆਂ ਦਾ, ਵੀਰ ਭੈਣਾਂ ਦਾ, ਮੇਰੇ ਕੋਲ ਲਵਜ਼ ਹੈ ਨਹੀਂ ਉਹਨਾਂ ਦਾ ਧੰਨਵਾਦ ਕਰਨ ਨੂੰ, ਇਸ ਨਾਲ ਚੀਜ਼ ਨੂੰ ਇੰਨਾ ਪਿਆਰ ਦਿੰਦੇ ਹੋ। ਥੈਂਕ ਯੂ, ਮੈਂ ਕੋਸ਼ਿਸ਼ ਕਰੂੰਗਾ ਮੈਂ ਹੋਰ ਅੱਛਾ ਗਾ ਸਕਾਂ, ਹੋਰ ਅੱਛਾ ਮਿਊਜ਼ਿਕ ਲਿਆ ਸਕਾਂ। ਗੁਰੂ ਮਹਾਰਾਜ ਬਖਸ਼ਿਸ਼ ਕਰ। ਸੋ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਰੂਬਰੂ ਪ੍ਰੋਗਰਾਮ ਬਾਈ ਸੁਖਸ਼ਿੰਦਰ ਸ਼ਿੰਦਾ ਹੋਣਾ ਦੇ ਨਾਲ। ਉਮੀਦ ਹੈ ਇਸ ਤਰ੍ਹਾਂ ਦੇ ਸੰਗੀਤਕਾਰ, ਇਸ ਤਰ੍ਹਾਂ ਦੇ ਗਾਇਕ ਜਿਹੜੇ ਬਾਹਰਲੇ ਮੁਲਕਾਂ ਵਿੱਚ ਰਹਿ ਕੇ, ਬਾਹਰਲੇ ਮੁਲਕਾਂ ਵਿੱਚ ਪੈਦਾ ਹੋ ਕੇ ਵੀ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ, ਇਸ ਤਰ੍ਹਾਂ ਦੀ ਸੋਚ ਨੂੰ ਸਲਾਮ ਹੈ, ਔਰ ਨਵੇਂ ਜਿਹੜੇ ਉੱਠੇ ਹੋਏ ਕਲਾਕਾਰ ਇਸ ਤਰ੍ਹਾਂ ਦੇ ਗਾਇਕਾਂ ਤੋਂ ਸੇਧ ਲੈਣ। ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡੇ ਕੋਲ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ pgill@globalpunjabtv.com 'ਤੇ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ। ਧੰਨਵਾਦ, ਰੱਬ ਰਾਖਾ।